वाहिगुरु जी का खालसा वाहिगुरु जी की फतेह। आप अक्सर गल्लां सुनते हैं जिहड़े पंजाब दे लोग गल्लां करते होंगे आ शराब के बारे कि यार जदों हरियाणे दे विच जाने आ शराब बड़ी सस्ती आ, जदों राजस्थान च जाने आ शराब बड़ी सस्ती आ। मेरे कुछ एक दोस्त रहिंदे आ मेरे पिंडों जिहड़े मोहाली दे विच काम करदे उत्थे कॉल सेंटर दे विच, ते उह गल करदे होंदे यार उधर शराब बड़ी सस्ती आ। मैं गल बड़े दिनों तो सोच रहा सी कि यार किहड़ी गल सस्ती आ, क्यों क्यों सस्ती आ। जो पता लग्या कि पंजाब दे विच भी शराब सस्ती है पर महंगी किवें लगदी, वह भी मैं तुहानू दस दिंदा। मेरे हाथ दे विच खाली बोतल, पिछली बारी कैप्टन साहब ने गल कही सी कि बाकी चीज़ां बंद हुंदियां हो जाण पर जिहड़े पंजाब दे ठेके आ ठेकियां दे नाल सरकार चलदी आ, वह सरकार नहीं चलदी सी। वह कैप्टन अमरिंदर सिंह दा घर चलदा, उहनू डेली 20 करोड़ रुपया जिहड़ा शराब दे विचों जांदा उह किवें जांदा मैं तुहानू दिखाउणा। कैप्टन अमरिंदर सिंह कोई भी शराब दे विच हिस्सा ना पावे तां वी उहनू 20 करोड़ रुपया जांदा उह जांदा किवें, तुसीं उह सुण लिया जी। पहले मैं तुहानू विखा दिंदा कि आ तुसीं वेख लो जिहड़ी शराब की बोतल ते लिखिया होया 236 रुपये 244 रुपये, ये मिलती किन्ने कु दी आ शराब बंदियां नू जिहड़े आम लैंदे आ उहनां नू, ये शराब मिलती है जी 270 रुपये की, ते जां ये शराब मिलती आ बस 270 रुपये की मिलती आ। हुण जिहड़ा अधिया ते 120 रुपये लिखिया, तो मिलता किन्ने दा जी 140 रुपये का। हुण इहदे ते पौआ जिहड़ा अपना पौआ हैगा जी 60 रुपये का, ये किन्ने दा मिलता जी 80 रुपये का। हुण कई जिहड़े खासा दे पौगे आ उहनां ते लिखिया हुंदा 50 रुपये 54 रुपये। मेरा जी तां करदा मेरे सामने पिया ओह है लिबड़िया थोड़ा जिहा, मेरा जी करदा तुहानूं विखा देवां पर मैं तुहानूं विखा ही दिंदा। एक मिनट वास्ते वीर नूं कहूंगा माड़ी जी वीडियो रोक देवे। हुण तुसीं आह वेख लो ਇੱਥੇ ਲਿਖਿਆ 54 रुपये, ਇਹ ਤੁਸੀਂ ਪੌਗੇ ਦੀ ਉੱਤੇ ਨਾ ਜਾਓ ਬਣਾਵਟ 'ਤੇ ਨਾ ਜਾਓ ਕਿਉਂਕਿ ਕਈ ਲਿਬੜ ਲੱਬੜ ਜਾਂਦਾ, ਅਤੇ ਮੈਂ ਸ਼ਰਾਬ ਵਾਲਿਆਂ ਕੋਲੋਂ ਤਾਂ ਨਹੀਂ ਮੰਗਿਆ, ਮੈਂ ਕਿਹਾ ਖੌਰੇ ਪਤਾ ਨਹੀਂ ਦੇਣਗੇ ਕਿ ਨਾ ਦੇਣਗੇ। ਹੁਣ ਇਹ ਗੱਲ ਇੱਥੇ ਆ ਰਹੀ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ 20 ਕਰੋੜ ਰੁਪਇਆ ਜਾਂਦਾ ਉਹ ਜਾਂਦਾ ਕਿਵੇਂ ਆ। ਹੁਣ ਪਹਿਲੇ ਨੰਬਰ 'ਤੇ ਹਿਸਾਬ ਲਾ ਲਓ ਕਿ ਆਪਣੇ ਜਿਹੜੇ ਪੰਜਾਬ ਦੀ ਆਬਾਦੀ ਆ ਲਗਭਗ 3 ਕਰੋੜ ਆ, 3 ਕਰੋੜ ਆਬਾਦੀ ਦੇ ਵਿੱਚੋਂ ਪਹਿਲਾਂ ਹੁਣ ਮੈਂ ਵੀ ਗੱਲ ਕਰ ਦੇਵਾਂ ਕਿ ਇੱਥੇ ਸਾਡੀ ਮੀਡੀਆ ਜਿਹੜੀ ਉਹ ਮੀਡੀਆ ਕਿਸੇ ਦੀ ਗੱਲ ਨਹੀਂ ਲਾਉਂਦੀ, ਉਹਨਾਂ ਆਪਦਾ ਪੈਸਾ ਬਣਾਉਣ ਵਾਸਤੇ ਹਾਂਜੀ ਫਲਾਨੇ ਬੰਦੇ ਦਾ ਵਿਆਹ ਹੋਇਆ ਸੀ, ਇਹ ਬਜ਼ੁਰਗਾਂ ਦਾ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਉਹਨਾਂ ਕੋਲ ਜਾਂਦੇ ਆ, ਜਾਂ ਜਿਨ੍ਹਾਂ ਨੇ ਵਾਲ ਕਟਾਏ ਹੁੰਦੇ ਆ, ਸਿਰ ਗੰਜਾ ਕਰਾਇਆ ਹੁੰਦਾ, ਦਾੜ੍ਹੀ ਐਡੀ ਐਡੀ ਰੱਖੀ ਹੁੰਦੀ ਆ, ਉਹਨਾਂ ਦੀ ਜਾ ਕੇ ਇੰਟਰਵਿਊ ਲੈਂਦੇ ਆ, ਉਹਨਾਂ ਨੂੰ ਪੁੱਛਦੇ ਜੀ ਕੀ ਗੱਲ ਆ, ਉਹ ਕਹਿੰਦੇ ਜੀ ਆਪਾਂ ਤਾਂ ਲੋਕ ਮਚਾਉਣੇ ਆ। ਇਹ ਸਾਡੀ ਮੀਡੀਆ ਸੁੱਤੀ ਪਈ ਆ, ਮੀਡੀਆ ਨੂੰ ਕੁਐਸਚਨ ਪੁੱਟ ਨਹੀਂ ਕਰਨੇ ਆਉਂਦੇ। ਇੱਥੇ ਮੈਂ ਗੱਲ ਕਹੂੰਗਾ ਮੀਡੀਆ ਨੂੰ ਕੋਈ ਦਿਹਾੜੀ ਕੁ ਮੇਰੇ ਨਾਲ ਲਾ ਲਓ ਅਤੇ ਮੈਂ ਤੁਹਾਨੂੰ ਦੱਸੂੰਗਾ ਕੁਐਸਚਨ ਕਿਵੇਂ ਪੁੱਛੀਦੇ ਆ ਅਤੇ ਕਿਹਨੂੰ ਪੁੱਛੀਦੇ ਹੁੰਦੇ ਆ। ਉਸ ਤੋਂ ਬਾਅਦ ਦੂਜੀ ਗੱਲ ਆ ਗਈ ਇੱਥੇ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਿ 20 ਕਰੋੜ ਰੁਪਇਆ ਜਾਂਦਾ ਕਿਵੇਂ ਆ ਅਤੇ ਇਹਨਾਂ ਨੂੰ ਮਹੀਨੇ ਦਾ 600 ਕਰੋੜ ਰੁਪਇਆ ਕਿਵੇਂ ਜਾਂਦਾ। ਹੁਣ ਪੰਜਾਬ ਦੀ ਲਗਭਗ 3 ਕਰੋੜ ਆਬਾਦੀ ਆ, 3 ਕਰੋੜ ਦੇ ਵਿੱਚੋਂ 1 ਕਰੋੜ ਬੰਦਾ ਵੀ ਮੰਨ ਲਓ ਸ਼ਰਾਬ ਪੀਂਦਾ, 2 ਕਰੋੜ ਨਹੀਂ ਪੀਂਦੇ। ਹੁਣ 1 ਕਰੋੜ ਬੰਦਾ ਜਿਹੜਾ ਉਹਨੂੰ 20 ਰੁਪਏ ਠੁੱਕਦੇ ਆ ਨਜਾਇਜ਼, ਜਿਹਦਾ ਹੁਣ ਲਿਖਿਆ ਹੋਇਆ ਪ੍ਰਾਈਜ਼ ਤਾਂ ਲਿਖਿਆ ਹੋਇਆ ਉੱਤੇ, ਉਹ ਲਿਖਿਆ ਹੋਇਆ ਜੀ ਕਿੰਨਾ ਪ੍ਰਾਈਜ਼ ਲਿਖਤਾ ਜੀ ਉਹਨਾਂ ਨੇ 100 ਮਤਲਬ ਕਿ 50 ਰੁਪਏ ਪਾਏ ਪਊਗੇ ਤੇ, ਪਰ 20 ਰੁਪਏ ਵੱਧ ਲੈ ਜਾ ਰਹੇ ਆ। ਹੁਣ ਬਿਸਕੁਟਾਂ ਦੇ ਲੈਵਲ 'ਤੇ ਲਿਖਿਆ ਹੁੰਦਾ ਜੀ 10 ਰੁਪਏ, ਉਹ ਤਾਂ ਸਾਦਾ ਮਿਲਦਾ। ਜਿਹੜੀ ਸਾਬਣ ਨਹਾਉਣ ਵਾਲੀ ਆ ਜਾਂ ਕੱਪੜੇ ਧੋਣ ਵਾਲੀ ਆ ਜਾਂ ਕਾਸੇ ਵਾਲੀ ਵੀ ਆ, ਉਹਦੇ 'ਤੇ 10 ਰੁਪਏ ਲਿਖਿਆ, ਉਹ 10 ਰੁਪਇਆਂ ਦੀ ਆਉਂਦੀ ਆ। ਗੱਲ ਇੱਥੇ ਵੱਜ ਰਹੀ ਆ ਕਿ 120 ਲਿਖਿਆ ਹੋਵੇ ਤਾਂ ਲੋਕਾਂ ਤੋਂ 140 ਕਿਵੇਂ ਲੈ ਰਹੇ ਆ। ਹੁਣ ਮੈਂ ਇਹ ਵੀ ਗੱਲ ਦੱਸ ਦੇਵਾਂ ਕਿ ਜਿਹੜੀ ਸ਼ਰਾਬ ਉਹ ਪਿਛਲੇ ਸਾਲ ਦੀ ਵਿਕ ਰਹੀ ਆ ਠੇਕਿਆਂ 'ਤੇ, ਜਿਹੜੇ ਇਹਨਾਂ ਦੇ ਕਹਿ ਲਈਏ ਡਿਪਾਰਟਮੈਂਟ ਹੁੰਦਾ ਸ਼ਰਾਬ ਵਾਲਿਆਂ ਦਾ, ਖੌਰੇ ਮੈਂ ਭੁੱਲਦਾ ਮੈਂ ਐਕਸਚੇਂਜ ਵਾਲੇ ਕਹਿੰਦੇ ਉਹਨਾਂ ਨੂੰ, ਜਿਹੜੇ ਸ਼ਰਾਬ ਵਾਲਾ ਮਹਿਕਮਾ ਹੁੰਦਾ ਉਹ ਜਿਹੜਾ ਕੋਈ ਕੰਮ ਕਰਦਾ ਉਹਦੀ ਇਹ ਬਦਲੀ ਤਾਂ ਪਤਾ ਨਹੀਂ ਕਿੱਥੇ ਸਟਾਰ ਦਿੰਦੇ ਜਾ ਕੇ। ਕੈਪਟਨ ਅਮਰਿੰਦਰ ਸਿੰਘ ਜੀ ਹੁਣ ਇੱਕ ਜਿਹੜਾ 1 ਕਰੋੜ ਬੰਦਾ ਸ਼ਰਾਬ ਪੀਂਦਾ, ਜੇਕਰ ਉਹਦੇ ਵਿੱਚੋਂ 1 ਰੁਪਈਏ ਦਾ ਘਪਲਾ ਹੋਵੇ, 1 ਰੁਪਈਆ ਵੱਧ ਲੈਂਦੇ ਹੁਣ ਤਾਂ 1 ਕਰੋੜ ਬੰਦੇ ਦਾ 1 ਕਰੋੜ ਰੁਪਈਆ ਬਣ ਗਿਆ। ਪਰ ਗੱਲ ਇੱਥੇ ਕਿੰਨਾ ਲੈ ਰਹੇ ਜੀ, 20 ਕਰੋੜ। ਹੁਣ ਜਿਹੜਾ 20 ਕਰੋੜ ਰੁਪਈਆ ਲੈ ਰਹੇ ਆ ਕਹਿਣ ਤੋਂ ਭਾਵ 20 ਰੁਪਈਏ ਲੈ ਰਹੇ 1 ਪੌਗੇ ਦੇ ਵਿੱਚੋਂ, ਜਾਂ ਸਾਰੇ ਬੋਤਲਾਂ ਦੇ ਵਿੱਚੋਂ 20-20 ਰੁਪਈਏ ਵੱਧ ਲੈ ਰਹੇ ਆ, ਕਿਸੇ 30 ਲੈ ਰਹੇ ਆ, ਤੁਸੀਂ 20 ਲੈ ਕੇ ਚੱਲੋ। ਹੁਣ 20 ਕਰੋੜ ਰੁਪਈਆ ਇੱਕ ਦਿਨ ਦਾ ਹੋ ਗਿਆ 1 ਕਰੋੜ ਬੰਦਾ ਸ਼ਰਾਬ ਪੀਂਦਾ ਤਾਂ 20 ਰੁਪਈਆਂ ਦੇ ਹਿਸਾਬ ਦੇ ਨਾਲ, ਅਤੇ ਹੁਣ ਇਹ 10 ਦਿਨਾਂ ਦਾ ਕਿੰਨਾ ਬਣਿਆ ਜੀ, 200 ਕਰੋੜ ਰੁਪਈਆ। ਮਹੀਨੇ ਦਾ ਕਿੰਨਾ ਬਣਿਆ ਜੀ, ਇਹ ਬਣਿਆ 600 ਕਰੋੜ ਰੁਪਈਆ। ਜੇਕਰ 10 ਮਹੀਨਿਆਂ ਦਾ ਬਣਾਈਏ ਤਾਂ ਲਗਭਗ 6000 ਕਰੋੜ ਰੁਪਈਆ, ਕਹਿਣ ਤੋਂ ਭਾਵ 7200 ਕਰੋੜ ਰੁਪਈਆ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਰਿਹਾ। ਤਾਂ ਇਹ ਬੋਲਦੇ ਨਹੀਂ
ਜਾਂ ਫਿਰ ਗੱਲ ਇਹੀ ਹੋ ਸਕਦੀ ਆ ਤੇ ਹੁਣ ਮੈਂ ਗੱਲ ਇੱਥੇ ਕਹਿਣਾ ਜੀ ਚਾਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਭਗਵੰਤ ਮਾਨ ਆ ਕੀ ਇਹਨੂੰ ਇਹ ਚੀਜ਼ ਦਾ ਨਹੀਂ ਪਤਾ ਜਾਂ ਜਿਹੜੇ ਸਾਡੇ 117 ਐਮਐਲਏ ਇਹਨਾਂ ਨੇ ਕਦੇ ਹਲਕਿਆਂ ਦੇ ਵਿੱਚ ਗੇੜਾ ਮਾਰਿਆ ਆਪਦੇ ਤੁਹਾਨੂੰ ਪਤਾ ਜਾਂ ਨਹੀਂ ਪਤਾ ਪਤਾ ਤੁਹਾਨੂੰ ਸਾਰਾ ਪਰ ਰੱਬ ਜਾਣੇ ਇਹ 20 ਰੁਪਏ ਡੇਲੀ ਦੇ ਕਿੱਥੇ ਜਾ ਰਹੇ ਆ ਇਹ 20 ਕਰੋੜ ਰੁਪਇਆ ਕਿੱਧਰ ਜਾ ਰਿਹਾ ਇਹ ਮਹੀਨੇ ਦਾ 600 ਕਰੋੜ ਰੁਪਇਆ ਕਿੱਧਰ ਜਾ ਰਿਹਾ ਇਹ ਪਰਮਾਤਮਾ ਜਾਣਦਾ ਜਾਂ ਤੁਸੀਂ ਜਾਣਦੇ ਆ ਗੱਲ ਇੱਥੇ ਇਹ ਆ ਕਿ ਜੇਕਰ ਇਹੀ 600 ਕਰੋੜ ਰੁਪਇਆ ਮਹੀਨੇ ਦਾ ਕੋਈ ਸ਼ਰਾਬ ਦੇ ਠੇਕੇ ਵਾਲੇ ਰੱਖਦੇ ਹੋਣ ਤਾਂ ਮੈਂ ਗਰੰਟੀ ਦੇ ਨਾਲ ਕਹਿੰਦਾ ਕਿ ਠੇਕੇਦਾਰਾਂ ਦਾ ਝੁੱਗਾ ਗੋਲ ਹੋ ਜਾਣਾ ਸੀ ਜੁੱਲੀ ਮਿਸਤਰਾ ਗੋਲ ਕਰਾ ਦੇਣਾ ਸੀ ਇਹਦਾ ਜਿਵੇਂ ਕਿ ਆਪਣੇ ਐਮਐਲਏ ਸਾਹਿਬ ਕਹਿੰਦੇ ਹੁੰਦੇ ਆ ਤੇ ਜੇ ਹੁਣ ਗੱਲ ਕੀਤੀ ਜਾਵੇ ਇਹ ਜਿਹੜਾ 600 ਕਰੋੜ ਰੁਪਇਆ ਮਹੀਨੇ ਦਾ ਇਹ ਫਿਰ ਭਾਈ ਸਾਹਿਬ ਸਰਕਾਰ ਜਾਣਦੀ ਹੈ ਵੀ ਕਿੱਧਰ ਜਾ ਰਿਹਾ ਹੁਣ ਕਈ ਸਰਕਾਰ ਕਵੇ ਕਿ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਪਰ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੂੰਗਾ ਇੱਕ ਪੁਰਾਣੀ ਕਹਾਵਤ ਆ ਇੱਕ ਬੰਦੇ ਕੋਲ 1000 ਮੱਝ ਹੋਵੇ ਚਾਹੇ ਉਹਦੇ ਕੋਲ 2000 ਮੱਝ ਹੋਵੇ ਉਹ ਚੋਣ ਵਾਲੇ ਨੂੰ ਪਤਾ ਹੁੰਦਾ ਪਾਲਣ ਵਾਲੇ ਨੂੰ ਪਤਾ ਹੁੰਦਾ ਕਿ ਕਿਹੜੀ ਮੱਝ ਕਿੱਥੋਂ ਛੜ ਮਾਰਦੀ ਆ ਕਿਹੜੀ ਮੱਝ ਕਿਵੇਂ ਦੁੱਧ ਡੋਲਦੀ ਆ ਕਿਹੜੀ ਮੱਝ ਕਿਵੇਂ ਢੋਡੇ 'ਤੇ ਕਿੱਥੋਂ ਮਾਰਦੀ ਆ ਉਹ ਇਸ ਤਰ੍ਹਾਂ ਸਾਡੇ ਜਿਹੜੇ ਪਾਲਣਹਾਰ ਕੈਪਟਨ ਸਾਹਿਬ ਜੀ ਆ ਪਾਲਦੇ ਤਾਂ ਨਹੀਂ ਪਰ ਕਹਿਣਾ ਪੈਂਦਾ ਇਹਨਾਂ ਨੂੰ ਵੀ ਪਤਾ ਕਿ ਪੰਜਾਬ ਦੇ ਕਿਹੜੇ ਕੋਨੇ ਦੇ ਵਿੱਚ ਕੀ ਹੋ ਰਿਹਾ ਬਸ ਚੱਕਰੇ ਵੀ ਚੁੱਪ ਬੈਠੇ ਆ ਹੁਣ ਗੱਲ ਇੱਥੇ ਮਾਰਦੀ ਵੀ ਜਿਹੜਾ ਸਾਡਾ 600 ਕਰੋੜ ਰੁਪਇਆ ਜਾ ਰਿਹਾ ਮਹੀਨੇ ਦਾ ਵੇਖੋ ਜੇਕਰ ਇਨਕਲਾਬ ਦੀ ਗੱਲ ਕਰੀਏ ਤਾਂ ਮੈਂ ਸ਼ਰਾਬ ਵਾਲਿਆਂ ਨੂੰ ਕਹਿਣਾ ਚਾਹੂੰਗਾ ਜਿਹੜੇ ਪੀਂਦੇ ਆ ਜ਼ਰੂਰੀ ਨਹੀਂ ਕੋਈ ਬਿਮਾਰ ਕੋਈ ਪੀ ਕੇ ਸਾਰੇ ਡਿੱਗਦੇ ਫਿਰਦੇ ਆ ਕੋਈ ਸ਼ੌਂਕ ਨੂੰ ਪੀਂਦੇ ਆ ਕੋਈ ਦਵਾਈ ਤੌਰ 'ਤੇ ਪੀਂਦੇ ਆ ਪਰ ਤੁਹਾਡਾ ਜਿਹੜਾ ਇੱਕ ਦਿਨ ਦਾ 20 ਕਰੋੜ ਰੁਪਇਆ ਖਰਾਬ ਹੋ ਰਿਹਾ ਇਹ ਤੁਸੀਂ ਜਦੋਂ ਬੋਤਲ ਲੈਣੀ ਹੈ ਚੈੱਕ ਕਰੋ ਵੀ ਇਹ 'ਤੇ ਕਿੰਨਾ ਲਿਖਿਆ ਉਨੇ ਪੈਸੇ ਦਿਓ ਉਹਨਾਂ ਨੂੰ ਰੁਪਇਆ ਵੱਧ ਨਾ ਦਿਓ ਜੇਕਰ ਉਹ ਲੈਂਦੇ ਆ ਤੁਸੀਂ ਵੀਡੀਓ ਬਣਾਓ ਵੀ ਜਾਂ ਤਾਂ ਜੇਕਰ ਪ੍ਰਾਈਜ਼ ਉੱਥੇ ਲਗਭਗ 50 ਰੁਪਏ ਆ ਪਊਗੇ ਅਤੇ ਜਾਂ 55 ਰੁਪਏ ਆ ਤਾਂ ਉਹਨੂੰ 55 ਰੁਪਏ ਦਿਓ ਜੇ ਉਹ ਕਹਿੰਦਾ ਐਂ ਨਹੀਂ ਹੋ ਸਕਦਾ ਹੁਣ ਕਹੋ ਵੀ ਸਰਕਾਰ ਤੁਹਾਡੀ 70 ਰੁਪਏ ਲਵਾਵੇ ਇਹਦੇ 'ਤੇ ਗੱਲ ਇੱਥੇ ਮਾਰ ਰਹੀ ਆ ਕਿ ਇਹ ਸਰਕਾਰ ਨਾ ਤੁਹਾਡੀ ਬਣੀ ਆ ਨਾ ਇਹ ਤੁਹਾਡੀ ਬਣਨੀ ਆ ਮੈਂ ਸਰਕਾਰ ਦੀ ਗੱਲ ਨਹੀਂ ਕਰਦਾ ਮੈਂ 117 ਐਮਐਲਏ 13 ਐਮਪੀਆਂ ਦੀ ਗੱਲ ਕਰ ਰਿਹਾ ਕੀ ਇਹ ਗੱਲ ਜਿਹੜੇ ਡੀਸੀ ਸਾਹਿਬ ਆ ਜਿਹੜੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਪਤਾ ਨਹੀਂ ਜਾਂ ਜਿਹੜੇ SHO ਸਾਹਿਬ ਉਹਨਾਂ ਨੂੰ ਪਤਾ ਨਹੀਂ ਪਤਾ ਸਭ ਕੁਝ ਆ ਪਰ SHO ਦੇ ਹੱਥ 'ਚ ਕੁਛ ਨਹੀਂ ਨਾ ਮੈਨੂੰ ਲੈਣਾ ਪਿਆ ਡੀਸੀ ਦੇ ਹੱਥ 'ਚ ਕੁਛ ਨਹੀਂ ਪਰ DCR ਮਾੜੇ ਮੋਟੇ ਕਾਨੂੰਨ ਤਾਂ ਲਾਗੂ ਕਰੇ ਜੇਕਰ ਤੁਸੀਂ ਸਰਕਾਰ ਤੋਂ ਤੁਹਾਨੂੰ ਨਹੀਂ ਉਮੀਦਾਂ ਮੈਂ DC ਸਾਹਿਬਾਂ ਨੂੰ ਕਹਿੰਦਾ ਕਿ DC ਸਾਹਿਬ ਤੁਸੀਂ ਜਿਹੜੇ ਜਿੰਨੇ ਵੀ ਆਪਣੇ 22 ਜ਼ਿਲ੍ਹਿਆਂ ਦੇ ਆ ਜੇਕਰ ਮਲੇਰਕੋਟਲਾ ਵੀ ਜ਼ਿਲ੍ਹਾ ਬਣ ਚੁੱਕਿਆ ਹੁਣ ਤਾਂ 23 ਜ਼ਿਲ੍ਹੇ ਹੋ ਗਏ ਤਾਂ ਸਾਡੇ ਜਿਹੜੇ 22 DC ਸਾਹਿਬ ਆ ਉਹ ਆਪਦੇ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਲੋਕਾਂ ਨੂੰ ਹੌਲੀ ਕਿਤੇ ਨੇ ਸਮਝਾ ਦਿਓ ਪਰ ਗੱਲ ਇਹ ਆ ਕਿ ਲੋਕਾਂ ਤੋਂ ਤੁਸੀਂ ਤਨਖਾਹ ਲੈ ਰਹੇ ਹੋ ਮੀਡੀਆ ਲੋਕਾਂ ਤੋਂ ਪੈਸਾ ਕਮਾ ਰਹੀ ਆ ਪਰ ਇਹਨਾਂ ਨੇ ਲੋਕਾਂ ਦਾ ਕਰਨਾ ਕੁਛ ਨਹੀਂ ਗੱਲ ਉਹਨੇ ਇੱਥੇ ਸੁਖਬੀਰ ਬਾਦਲ ਕੀ ਕਰੀਏ ਤੁਸੀਂ ਫਿਰੋਜ਼ਪੁਰ ਦੇ MP ਆ ਤੁਸੀਂ ਫਿਰੋਜ਼ਪੁਰ ਦੇ ਵਿੱਚ ਇਹ ਦੱਸ ਪਾਈ ਆ ਜਾਣਕਾਰੀ ਪਾਈ ਆ ਕਿਉਂਕਿ ਪੀਂਦੇ ਹਰ ਕੋਈ ਆ ਮੈਂ ਹੁਣ ਭਗਵੰਤ ਮਾਨ ਨੂੰ ਕਹਿ ਦੇਵਾਂ ਤੈਨੂੰ ਤਾਂ ਯਾਰ ਸ਼ਰਾਬ ਬਾਰੇ ਜ਼ਿਆਦਾ ਪਤਾ ਹੋਣਾ ਕਿਉਂਕਿ ਅਕਸਰ ਪੀਂਦਾ ਵੀ ਰਿਹਾ ਤੂੰ ਅਤੇ ਪੀਂਦੇ ਤਾਂ ਸਾਰੇ ਹੀ ਮੰਤਰੀ ਆ ਕੋਈ ਮਾੜੀ ਚੀਜ਼ ਤਾਂ ਹੈ ਨਹੀਂ ਜੇਕਰ ਬਣਾਈ ਕਰੀ ਆ ਸਰਕਾਰ ਨੇ ਬੰਦ ਕਰਾ ਦੇਵੇ ਸਰਕਾਰਾਂ ਚੱਲਦੀਆਂ ਹੀ ਇੱਥੋਂ ਆ ਪਰ ਮੈਂ ਇਹ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਮੈਂ ਆਪ ਜੀ ਨੂੰ ਕਿ ਤੁਹਾਡੇ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਗੱਲ ਕਹੀ ਜਾਵੇ ਕਿ ਜਿਹੜੇ ਪਊਗੇ ਤੇ 50 ਲਿਖਿਆ ਉਹ 50 ਦੇ ਵਿਕੂਗਾ ਜਿਹਦੇ ਤੇ 120 ਲਿਖਿਆ ਉਹ 120 ਦਾ ਹੀ ਵਿਕੂਗਾ ਇਹ 600 ਕਰੋੜ ਰੁਪਇਆ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਜਿਹੜਾ ਮਹੀਨੇ ਦਾ ਖਰਾਬ ਹੁੰਦਾ ਹੋਵੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤੁਸੀਂ ਆਪਦੇ ਆਪ ਨੂੰ ਮੁੱਖ ਮੰਤਰੀ ਕਹਿਣ ਦੇ ਲਾਇਕ ਸਮਝਦੇ ਹੋ ਕੈਪਟਨ ਸਾਹਿਬ ਮੈਨੂੰ ਤੁਸੀਂ ਦੱਸੋ ਜਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੰਡੀਆ ਕਹਾਉਣ ਦੇ ਲਾਇਕ ਨਹੀਂਗਾ ਕਿਉਂਕਿ ਜਿਹੜਾ ਇੰਡੀਆ ਦੇ ਵਿੱਚ ਕਹਿੰਦੇ ਯੋਧੇ ਬੜੇ ਸੀ ਅੱਜ ਉਹ ਯੋਧਿਆਂ ਦੀ ਇੰਡੀਆ ਨਹੀਂ ਰਹੀ ਅੱਜ ਕੱਲ੍ਹ ਇਹ ਉਹਨਾਂ ਦੀ ਇੰਡੀਆ ਰਹਿ ਗਈ ਆ ਕਿ ਜਿਹੜੇ ਅੱਜ ਕੱਲ੍ਹ ਮੰਤਰੀ ਆ ਸਾਡੇ ਅਸੀਂ ਗੱਧਿਆਂ ਦੇ ਗੱਲਾਂ 'ਚ ਹਾਰ ਪਾ ਚੁੱਕੇ ਹਾਂ ਹੁਣ ਕੈਪਟਨ ਸਾਹਿਬ ਸਾਡਾ ਜੀ ਨੂੰ ਜੀ ਨਹੀਂ ਕਰਦਾ ਕਿਰਪਾ ਕਰਕੇ ਖਾਣੇ ਦਾਣੇ ਦੇ ਵਿੱਚ ਕੋਈ ਇਹੋ ਜਿਹਾ ਜ਼ਹਿਰ ਮਿਲਾ ਦਿਓ ਕਿ ਅਸੀਂ ਮਰ ਜਾਂਗੇ ਦਿਨ ਦਿਹਾੜੇ ਲੁੱਟ ਹੁੰਦੀ ਹੋਵੇ ਪਹਿਲਾ ਨੰਬਰ ਤਾਂ ਸਕੂਲ ਬੰਦ ਪਏ ਹੋਣ ਅਤੇ ਠੇਕਿਆਂ ਦੇ ਵਿੱਚ ਜਿਹੜੀ ਇਹ ਕੀ ਗੱਲ ਹੈ ਧਾਰਮਿਕ ਆ ਜਿਹੜਾ ਕਰੋਨਾ ਵਾਇਰਸ ਹੈ ਠੇਕਿਆਂ 'ਤੇ ਨਹੀਂ ਜਾਂਦਾ ਠੇਕੇ ਰਾਤ ਦੇ 10-10 ਵਜੇ ਤੱਕ ਖੁੱਲ੍ਹੇ ਰਹਿੰਦੇ ਆ ਦੁਕਾਨਾਂ ਦੁਪਹਿਰ ਦੇ 2 ਵਜੇ 3 ਵਜੇ ਬੰਦ ਹੋ ਜਾਂਦੀਆਂ ਇਹ ਕੈਪਟਨ ਸਾਹਿਬ ਇਹ ਕਿੱਧਰ ਨੂੰ ਜਾ ਰਿਹਾ ਹਰਸਿਮਰਤ ਕੌਰ ਬੀਬਾ ਜੀ ਨੂੰ ਕਹਿੰਦਾ ਕਿ ਤੁਸੀਂ ਬਠਿੰਡੇ ਦੇ ਵਿੱਚ MP ਹੋ ਇਹ ਕੀ ਗੱਲ ਬਠਿੰਡੇ ਦੇ ਵਿੱਚ ਤੁਸੀਂ ਨਹੀਂ ਗੱਲ ਕਹਿ ਸਕਦੇ ਮੁਕਦੀ ਗੱਲ ਇੱਥੇ ਆ ਮੇਰੇ ਵੀਰੋ ਸ਼ਰਾਬ ਇੱਥੇ ਵੀ ਸਸਤੀ ਆ ਕਿਉਂਕਿ ਗੱਲ ਇਹ ਨਹੀਂ ਇੱਥੇ ਪਹਿਲਾਂ ਰੇਤਾ ਬੱਜਰੀ ਸੀ ਜਿਹੜਾ ਰੇਤਾ ਬੱਜਰੀ ਉਹਨੇ ਕਈ ਕਹਿੰਦੇ ਸਰਕਾਰ ਦੇ ਅੰਡਰ ਸਰਕਾਰ ਕੀ ਲੱਗਦੀ ਆ ਇਹ ਰੇਤੇ ਬੱਜਰੀ ਦੀ ਸਰਕਾਰ ਅਸੀਂ ਬਣਾਈ ਆ ਅਸੀਂ ਚੁਣਿਆ ਇਹਨਾਂ ਨੂੰ ਇਹ ਕੌਣ ਹੁੰਦੇ ਆ
जिहड़ी सानू 900-900 रुपये की रेते की ट्राली मिलती सी, अज वो सानू 5-5, 7-7 हज़ार की ट्राली मिले, ये की गल, ये किधर नू जा रहे हैं, सानू लैके किधर नू जा रहे हैं। पहला तुसी रेते दे विच्चों लुटबाजियां करतियां जिन्नियां सरकारां आ, कोई चंगी नहीं तुहाडे चों सलाउण वाली कोई नहीं, मैं आप जी नू दस रहा। तो अज जिहड़ी शराब आ, मैं तां ध्यान मारिया यार, मैं 10 दिन दा कुलज रहा सी कि यह गल की हो रही आ, कोई बंदा बोल क्यों नहीं रहा। बहुत अफसोस की गल आ। जेकर सबूत चाहिए तो मैं सबूत तुहानू मेरे को रिकॉर्डिंगा पिंगा, रिकॉर्डिंगा की होंगे कि मैं एक शराब लैन गया सीगा, मेरे कोई दोस्त आया सीगा, वो आल सीजन सी हो सकता, वो एड्डी 60 ml की होंगी आ, उहदे ते प्राइज जिहड़ा रेट लिखा सी, लिखा सी 59 रुपये, पर वह जनाब कहिंदे 80 दिओ, 80 तों 17 ते आ गए। मैं कहा जी मेरी गल कराओ, जो ये 3 लिखे आ। फिर मैं गल की उन्होंने बंदे नाल जिहड़ा उन्होंने उत्ते सीगा, जिहड़ा इंचार्ज सी ठेकियां दा, वह कहिंदा जी ऐ हो। मैं कहा भी जेकर ये सरकार की जां कोई भी गल आ तां सरकार 70 रुपये लवावे लेवल ते आपदे, असीं तां इत्थे 50 लिखा सी, 50 ही देवांगे। ते ओह तुहानू ये भी दस देवां कि चल 20 दा ही मार रहा, 21 दा नहीं चल रहा। कैप्टन साहब इत्थे ये गल आ रही आ, जेकर तुसीं लोकां नूं कोरोना वायरस तो बचा रहे हैं ना, एक पासे तुसीं मार भी रहे आ, किधर गया रुजगार, किधर गया सब कुछ, तां रहेंगियां दूर दीआं गल्लां। इत्थे गल आ रही है जिहड़ा 600 करोड़ की महीने की लुट हो रही होवे, एक दिन की 20 करोड़ रुपये की लुट हो रही होवे नजायज़, कि ये 20 करोड़ रुपये जिहड़ा एक दिन दे विच ये किन्ने इहदे नाल जिहड़े रुजगार दिता जा सकदा इहनां दे नाल। लओ असीं इह नहीं कहिंदे कि 20 रुपये पर, एक दा पहला नंबर तां नजायज़ आ जिहड़े बिना टैक्स तो जा रहे आ। मीडिया साडा मर चुकिआ, मीडिया नूं आवाज़ चक्कण दा कोई मैनूं लगदा अधिकार नहीं गा, जां तां इहनां नूं ते जां इह सिर्फ ते सिर्फ चिड़ी उड, का उड, तोता उड, मोर उड, गां उड, ये चीज़ा ही खेड़ते, का उड ते गां उड, ये चीज़ा खेड रहे आ, क्योंकि कदे तो किसी के मूँह नक् च मैक तुन देंदे आ। तुसी आ काम नहीं किया, तुसी वो काम नहीं किया। मैं सारे मीडिया नूं नहीं कह रहा, जिहड़े बंदा जाके यार खड़ जांदा, उह इत्थे हुण आपां वेख्या सी पिछली वारी विआह होया सी बजुर्ग दा, उहदे कोल जाके इन्हां ने आप ही मुद्दा चुकाता, आप ही सब कुछ कर लिया। इत्थे इह गल सानूं पता लगदी आ, साडा देश दा मीडिया पूरा जागरूक नहीं गा, इन्हां नूं जागरूक होण दी लोड़ आ, फिर यह कितने मैक चक्कन। दूजा नंबर यह, साडे मंत्री काम नहीं करे, इन्हां नूं आपदा दिमाग कह लिए तंदुरुस्त करन दी लोड़ आ। ते जेकर वैसे दिमाग तां बहुत आ, तां ही तां अक्सर लोकां नूं कह लो बेवकूफ़ बना रहे आ। हुण इत्थे की कहां मैं तुहानूं, गल्लां बहुत लंबियां हो जाणगियां, साफ जी इह गल कह रहा कि साल दा 7200 करोड़ रुपया आ कैप्टन साहब, तुहानूं 4 साल हो गए लगभग, 7200 करोड़ रुपये के 4 सालों नूं पैसे बना लो किन्ने बन गए, कि ये चीज़ के नाल रुजगार नहीं मिल सकता सी। रुजगार तो मिलता पर मिलता तुहाडे घरां नूं, साडे घरां नूं आउंदा नहीं। ये मैं हुण यही गल करदा लोकां अगे कि जिहड़े किसी भी पार्टी के बंदे आ, शराब तो सारे ही पींदे आ, पर तुसीं ओह बिना टैक्स तो जिहड़ा 20 रुपये दे रहे हैं, तो 1 करोड़ बंदा पी रहा, शौक वजो ला लो या किवें ला लो। तो यदा हम पंजाबी दे विच मैं दस देवां, जिहड़ी शराब कहिंदे ना 500-550 की आ, वो 700-750 की मिलती आ, तो जिहड़े वड्डी पींदे वह भी तुसीं आ जाओ। जिहड़े वड्डे वड्डे बंदे इन्हां नूं तो फ्री गिफ्ट हो जांदियां, इह नाले 500-700 वाली वल कित्थे झाकदे आ, इह तां 500-700 वाली तां इन्हां दे सीरी पींदे आ, ते तां आप तां पींदे 50-50 हज़ार, लखां-लखां दीआं जिहड़ियां शराबां बनदियां वह इन्हां वास्ते बनदियां, होर किन्हां वास्ते बनदियां। तो मैं लोगों को कहना कि आप दीआं पार्टियां नूं भुल के लोगों के बारे सोच के, जिहड़ा 600 करोड़ रुपया महीने का, तो 10 दिन का 200 करोड़, एक दिन का 20 करोड़ रुपया खराब हो रहा। ये वीडियो कैप्टन तक पहुँचाओ, जेकर नहीं पहुँचती तो तुहाडा कोई हल नहीं। उन्हां ते एक सब तो वड्डी गल है, जेकर तुसी शराब लै रहे हो तो वो लेवल ते वेखो किन्ने पैसे आ, पैसे उन्ने लो, उन्होंने 20 रुपये वध ना दिओ। वाहिगुरू जी का खालसा, वाहिगुरू जी की फतेह।